ਸਤਿ ਸ਼੍ਰੀ ਅਕਾਲ ਜੀ। ਅਤੇ ਸਾਰਾ ਗਰਾਊਂਡ ਦੇਖਣ ਆਏ ਸੀਗੇ ਜੀ, ਅਤੇ ਬਾਰਿਸ਼ ਦੇ ਪਾਣੀ ਨਾਲ ਦੇਖੋ ਜੀ ਰਫੋਦੀ ਸਾਰਾ ਗਰਾਊਂਡ ਜੀ, ਬਾਰਿਸ਼ ਆ, ਬੱਚੇ ਬਾਰਿਸ਼ ਦਾ ਆਨੰਦ ਲੈ ਰਹੇ ਆ, ਬਹੁਤ ਸਾਰਾ ਲੱਗਾ ਹੋਇਆ ਜੀ, ਜਾਨਵਰ ਵੀ ਕੁੰਭਕਰਨ ਦੇ ਪੁੱਤ ਬਣ ਰਹੇ ਆ, ਤਿਆਰ ਹੋ ਰਹੇ ਆ। ਹਨੂੰਮਾਨ ਜੀ ਦੀ ਮੂਰਤੀ, ਬਾਰਿਸ਼ ਹੋ ਰਹੀ ਆ, ਝੜੀ ਲੱਗੀ ਹੋਈ ਆ ਜੀ, ਪੂਰਾ ਜ਼ੋਰ ਦੀ ਜਿਹਨੂੰ ਕਹਿੰਦੇ ਆ ਜੀ, ਆਗਾਤ ਦੀ ਵਿੱਚ ਬੱਤਾਂ ਚੁਗ ਰਹੀਆਂ ਜੀ, ਨਾ ਖਾਣ ਪਾਣ ਕਰ ਰਹੀਆਂ, ਆਹ ਦੁਸਹਿਰਾ ਹੈ ਜੀ। ਮੈਂ ਖੁਦ ਮੀਂਹ 'ਚ ਆਏ ਹਾਂ ਜੀ, ਧੂਰ ਝੂਰ ਬਾਰਿਸ਼ ਬੜੀ ਵਧੀਆ ਹੋ ਰਹੀ ਹੈ, ਉਹ ਟੈਂਟ ਲੱਗੇ ਹੋਏ ਆ ਜੀ ਦੁਸਹਿਰੇ ਦੀਆਂ ਤਿਆਰੀਆਂ, ਮੇਲ ਝੂਲੇ ਲੱਗ ਰਹੇ ਆ, ਦੇਖਣ ਲਈ ਆਓ, ਪਾਣੀ ਬਹੁਤ ਵਧੀਆ ਨਜ਼ਾਰਾ ਕੁਦਰਤ ਦਾ, ਸ਼ਾਇਦ ਕੈਮਰੇ 'ਚ ਨਾ ਦੇਖੇ, ਉਹ ਬਾਰਿਸ਼ ਪੈ ਰਹੀ ਆ ਤਾਂ ਹਵਾ ਦੇ ਨਾਲ ਲਹਿਰਾਂ ਬਣ ਰਹੀਆਂ, ਝਾਲਰਾਂ ਲਹਿਰਾਂ ਬਣ ਰਹੀਆਂ, ਲਹਿਰਾਂ ਬਹੁਤ ਸੁੰਦਰ ਕਹਿੰਦੇ ਜੀ ਨਜ਼ਾਰਾ ਉਹ ਆ ਜੀ। ਇਹ ਝੜੀ ਲੱਗੀ ਆ ਜੀ ਐਤ ਮਸੀਂ, ਅੱਗੇ ਸਾਉਣ 'ਚ ਝੜੀਆਂ ਲੱਗਦੀਆਂ ਸੀ, ਐਤ ਕਿ ਅੱਸੂ 'ਚ ਲੱਗੀ ਆ ਜੀ, ਇਹ 5 ਤਰੀਕ ਨੂੰ ਸਹਿਰਾ ਆਇਆ ਜੀ, ਪਾਣੀ ਉਹ ਪਾਣੀ ਹੋਇਆ ਪਿਆ ਜੀ, ਦੁਸਹਿਰੇ ਦੀ ਤਿਆਰੀਆਂ ਚੱਲ ਰਹੀਆਂ, ਇੱਕ ਝੂਲਾ ਲੱਗ ਗਿਆ, ਹੋਰ ਬੜਾ ਦੂਆ ਲੱਗਦਾ ਪਿਆ, ਅਤੇ ਦੇਖਣ ਲਈ ਆਓ ਵੀ ਵਧੀਆ ਨਜ਼ਾਰਾ, ਆਓ ਤੁਸੀਂ ਦੇਖੋ, ਸਾਰੇ ਤਿਆਰੀਆਂ ਚੱਲ ਰਹੀਆਂ ਜੀ ਰਾਮਲੀਲਾ ਦੀ। ਇਸ ਤਰ੍ਹਾਂ ਦੀ ਇੰਟਰਸਟਿੰਗ ਵੀਡੀਓ ਦੇਖਣੀ, ਪਲੀਜ਼ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਦਾ ਚੈਨਲ। ਓਕੇ ਜੀ, ਨਜ਼ਾਰਾ ਪਿਆਰੇ ਆ, ਬਹੁਤ ਵਧੀਆ ਨਜ਼ਾਰਾ ਹੈ ਜੀ, ਸਾਫ਼ ਸਫਾਈ ਹੋ ਗਈ ਆ, ਬੱਕਰੀਆਂ ਚੁਗ ਰਹੀਆਂ, ਤੰਬੂ ਬੜੇ ਵਧੀਆ ਬਣੇ ਹੋਏ ਆ, ਇੱਦਾਂ ਦੇ ਫੌਜੀਆਂ ਦੇ ਹੁੰਦੇ, ਸਭ ਪਾਸੇ ਵਧੀਆ ਹੈ ਜੀ।